गाने तो सारा ने देखा जो तो कोई भी इंसान कोई नवा काम करता चाहे तुम भी कितों स्टार्टिंग क्योंकि होंगे है ना क्यूरियोसिटी होंगी चा हों कि मैं आपकी इनपुट्स दी हूँ सब तो छड़िया कि मैं आउटपुट की मिलू कि मैं अपने वालों 110% देता है सेम मैनू भी उदा एक्साइटमेंट मानते हो कि काम ही थोड़े काम आता है और कोई शॉर्टकट कोई चीज़ काम नहीं आती बिल्कुल मैं ये चीज़ हर एक कुड़ी को कहनी हाँ हर एक मुंडे को ये थोड़ा बहुत बड़ा भुलेखा होंगे कि तुम शॉर्टकट ला के इतने ज़्यादा नेम फेम लै सकते चाहे वो ये इंडस्ट्री चाहे कोई भी है तो जो थोड़ा काम वधिया थोड़ा काम बोलता होना चाहिए आ क्योंकि गाँव वाले बंदे भी उन्नी ही लोड़ होंगी है जिन्हें थोड़े से पैसा लाना ओबियसली उन्हें भी रिकवर करना ही है तो जे थोड़े च कोई क्वालिटी होगी तो अगले बंदे को पता मेरी रिकवरी होगी तो वह ही थोड़े से लाऊगा जो थोड़े से क्वालिटी नहीं दैट मीनस तुम अपने आप से डाउट आ जो तुम शॉर्टकट लाने हाँ सो तुम्हें पूरा बेबाक होना चाहिए कि हाँ आई एम द बेस्ट ਤੁਸੀਂ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਕਿ ਇੱਕ ਤਰਫੋਂ ਤੁਹਾਡੇ ਕੋਲ ਇੱਕ ਅਜਿਹਾ ਸਾਥ ਹੈ ਜਿਹੜਾ ਤੁਹਾਨੂੰ ਅੱਗੇ ਵਧਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਬਿਲਕੁਲ ਮੈਨੂੰ ਲੱਗਦਾ ਆਪਾਂ ਪਰਿਵਾਰ ਤੋਂ ਬਿਨਾਂ ਤਾਂ ਕੋਈ ਵੀ ਇਨਸਾਨ ਕੁਛ ਨਹੀਂ ਕਰ ਸਕਦਾ ਅਤੇ ਮੈਂ ਕੋਈ ਵੀ ਡਿਸੀਜਨ ਆਪਣੀ ਫੈਮਿਲੀ ਤੋਂ ਬਿਨਾਂ ਨਹੀਂ ਲੈ ਸਕਦੀ ਚਾਹੇ ਉਹ ਮੈਰਿਜ ਦਾ ਵੀ ਹੋਵੇ ਕੱਲ੍ਹ ਨੂੰ ਕੋਈ ਵੀ ਡਿਸੀਜਨ ਮੈਨੂੰ ਲੱਗਦਾ ਮੇਰੀ ਫੈਮਿਲੀ ਨੂੰ ਜਦੋਂ ਤੱਕ ਚੀਜ਼ ਨਹੀਂ ਪਤਾ ਉਹ ਕਿ ਮੈਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ ਮੈਨੂੰ ਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਜਾ ਕੇ ਦੱਸਾਂ ਤੁਸੀਂ ਕਦੀ ਥੋੜ੍ਹਾ ਜਿਹਾ ਲੋ ਫੀਲ ਕਰਦੇ ਹੋ ਤਾਂ ਬਾਨੀ ਆਪਣੇ ਆਪ ਨੂੰ ਦੁਬਾਰਾ ਚਾਰਜ ਕਿਵੇਂ ਕਰਦੇ ਆ ਮੈਂ ਮੈਨੀਫੈਸਟੇਸ਼ਨ 'ਚ ਬਹੁਤ ਬਿਲੀਵ ਕਰਦੀ ਹਾਂ ਯੂਨੀਵਰਸ 'ਚ ਬਹੁਤ ਬਿਲੀਵ ਕਰਦੀ ਹਾਂ ਜਦੋਂ ਮੈਨੂੰ ਲੱਗਦਾ ਮੈਂ ਲੋ ਫੀਲ ਕਰ ਰਹੀ ਹਾਂ ਤਾਂ ਮੈਂ ਸਾਊਂਡ ਹੀ ਉੱਦਾਂ ਦਾ ਲਾ ਲੈਂਦੀ ਹਾਂ ਮਿਊਜ਼ਿਕ 'ਚ ਜਿਹੜਾ ਹੁੰਦਾ ਕਿ ਮੇਰੇ ਆਲੇ ਦੁਆਲੇ ਪੋਜ਼ਿਟਿਵਿਟੀ ਆਵੇ ਮੇਰਾ ਔਰਾ ਜਿਹੜਾ ਆ ਪੋਜ਼ਿਟਿਵ ਹੋਵੇ ਤਾਂ ਮੈਂ ਕੁਛ ਨਹੀਂ ਕਰਦੀ ਮੈਂ ਰਸੋਈ 'ਚ ਵੜਦੀ ਹਾਂ ਕੁਛ ਨਾ ਕੁਛ ਬਣਾਉਂਦੀ ਹਾਂ ਕੁੱਕ ਕਰਦੀ ਹਾਂ ਫਿਰ ਉਸ ਤੋਂ ਬਾਅਦ ਮੇਰੇ ਰੂਮ ਦੇ ਬਾਹਰ ਬਾਲਕਨੀ ਹੈ ਉੱਥੇ ਬਹਿੰਦੀ ਹਾਂ ਕਾਫੀ ਲੈਂਦੀ ਹਾਂ ਖਾਂਦੀ ਹਾਂ ਪੀਂਦੀ ਹਾਂ ਆਮ ਡਨ ਸੁਬਾਨੀ ਬਹੁਤ ਬਹੁਤ ਮੁਬਾਰਕਾਂ ਡੈਬਿਊ ਫਿਲਮ ਲਈ ਤੁਹਾਨੂੰ ਸੋ ਬਹੁਤ ਸਾਰਾ ਰਿਸਪੋਂਸ ਤੇ ਆ ਹੀ ਰਿਹਾ ਸੋ ਐਕਸਾਈਟਡ ਜ਼ਿਆਦਾ ਹੋ ਜਾਂ ਨਰਵਸ ਥੋੜ੍ਹੀ ਜਿਹੀ ਨਰਵਸ ਹਾਂ ਥੋੜ੍ਹੀ ਜਿਹੀ ਐਕਸਾਈਟਡ ਹਾਂ ਮਿਕਸ ਜੀਆਂ ਫੀਲਿੰਗਸ ਅਗਰ ਮੈਂ ਗੱਲ ਕਰਾਂ ਨਾ ਕਿ ਮੈਂ ਤੁਹਾਨੂੰ ਕਦੋਂ ਤੋਂ ਸੁਣ ਰਹੀ ਹਾਂ ਤਾਂ ਜਿਹੜਾ ਤੁਸੀਂ ਬੋਲਦੇ ਹੋ ਨਾ ਜੋ ਵੀ ਸਹੀ ਚੀਜ਼ ਬੋਲਣਾ ਚਾਹੁੰਦੇ ਹੋ ਕਿਸੇ ਵੀ ਚੀਜ਼ ਬਾਰੇ ਖਾਸ ਕਰ ਕੁੜੀਆਂ ਚੁੱਪ ਕਰ ਜਾਂਦੀਆਂ ਹੁੰਦੀਆਂ ਬਹੁਤ ਸਾਰੀ ਜਗ੍ਹਾ 'ਤੇ ਉਹ ਚੀਜ਼ ਬਹੁਤ ਅਟਰੈਕਟ ਕਰਦੀ ਹੈ ਤੁਹਾਡੇ ਬਾਰੇ ਇੱਕ ਆਰਟਿਸਟ ਹੋਣ ਤੋਂ ਬਾਅਦ ਸੋ ਇਸ ਬੇਬਾਕੀ ਲਈ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਅੰਦਰ ਕਿਵੇਂ ਆਈ ਮੈਂ ਸ਼ੁਰੂ ਤੋਂ ਹੀ ਇੱਦਾਂ ਦੀ ਹਾਂ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਤੁਸੀਂ ਫੇਕ ਪਰਸਨੈਲਿਟੀ ਬਹੁਤ ਥੋੜ੍ਹਾ ਟਾਈਮ ਰਹਿ ਸਕਦੇ ਹੋ ਇੱਥੇ ਸਾਰੇ ਸਿਆਣੇ ਆ ਸਭ ਨੂੰ ਪਤਾ ਹੀ ਹੁੰਦਾ ਆ ਹੈ ਨਾ ਅਤੇ ਬਸ ਜਿੰਨਾ ਤੁਸੀਂ ਰੀਅਲ ਰਹਿੰਦੇ ਹੋ ਮੈਨੂੰ ਲੱਗਦਾ ਉਹ ਜ਼ਿਆਦਾ ਚੀਜ਼ ਵਧੀਆ ਹੈ ਤੁਸੀਂ ਕਿਹਾ ਕਿ ਦੇਣ ਵਾਲਾ ਪਰਮਾਤਮਾ ਹੈ ਹਾਂ ਲੇਕਿਨ ਮੈਂ ਇਹ ਕਹਿਣਾ ਚਾਹੂੰਗੀ ਤੁਹਾਨੂੰ ਕਿ ਤੁਸੀਂ ਇਹ ਮੰਨਦੇ ਹੋ ਕਿ ਕੰਮ ਹੀ ਤੁਹਾਡੇ ਕੰਮ ਆਉਂਦਾ ਹੈ ਹੋਰ ਕੋਈ ਸ਼ਾਰਟਕਟ ਕੋਈ ਚੀਜ਼ ਕੰਮ ਨਹੀਂ ਆਉਂਦੀ ਬਿਲਕੁਲ ਮੈਂ ਇਹ ਚੀਜ਼ ਹਰ ਇੱਕ ਕੁੜੀ ਨੂੰ ਕਹਿੰਦੀ ਹੁੰਦੀ ਹਾਂ ਹਰ ਇੱਕ ਮੁੰਡੇ ਨੂੰ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੁੰਦਾ ਕਿ ਤੁਸੀਂ ਸ਼ਾਰਟਕਟ ਲਾ ਕੇ ਇੱਥੇ ਜ਼ਿਆਦਾ ਨੇਮ ਫੇਮ ਲੈ ਸਕਦੇ ਚਾਹੇ ਉਹ ਇਹ ਇੰਡਸਟਰੀ ਚਾਹੇ ਕੋਈ ਵੀ ਹੈ ਨਾ ਅਤੇ ਜੇ ਤੁਹਾਡਾ ਕੰਮ ਵਧੀਆ ਤੁਹਾਡਾ ਕੰਮ ਬੋਲਦਾ ਹੋਣਾ ਚਾਹੀਦਾ ਆ ਕਿਉਂਕਿ ਗਾਣ ਵਾਲੇ ਬੰਦੇ ਨੂੰ ਵੀ ਉਨੀ ਹੀ ਲੋੜ ਹੁੰਦੀ ਆ ਜਿਹਨੇ ਤੁਹਾਡੇ 'ਤੇ ਪੈਸਾ ਲਾਉਣਾ ਓਬਵੀਅਸਲੀ ਉਹਨੇ ਵੀ ਰਿਕਵਰ ਕਰਨਾ ਹੀ ਆ ਅਤੇ ਜੇ ਤੁਹਾਡੇ 'ਚ ਕੋਈ ਕੁਆਲਿਟੀ ਹੋਊਗੀ ਤਾਂ ਅਗਲੇ ਬੰਦੇ ਨੂੰ ਪਤਾ ਮੇਰੀ ਰਿਕਵਰੀ ਹੋਊਗੀ ਅਤੇ ਉਹ ਤਾਂ ਹੀ ਤੁਹਾਡੇ 'ਤੇ ਲਾਊਗਾ ਜੇ ਤੁਹਾਡੇ 'ਚ ਕੁਆਲਿਟੀ ਨਹੀਂ ਦੈਟ ਮੀਨਸ ਤੁਹਾਨੂੰ ਆਪਣੇ ਆਪ 'ਤੇ ਡਾਊਟ ਆ ਜਦੋਂ ਤੁਸੀਂ ਸ਼ਾਰਟਕਟ ਲਾਉਂਦੇ ਆ ਹੈ ਨਾ ਸੋ ਤੁਹਾਨੂੰ ਪੂਰਾ ਬੇਬਾਕ ਹੋਣਾ ਚਾਹੀਦਾ ਕਿ ਹਾਂ ਆਈ ਐਮ ਦ ਬੈਸਟ ਕਈ ਵਾਰ ਨਾ ਅਸੀਂ ਕਹਿੰਦੇ ਹਾਂ ਕਿ ਬਾਹਰਲੇ ਲੋਕ ਸਾਨੂੰ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਣ ਦਿੰਦੇ ਲੇਕਿਨ ਕਈ ਵਾਰ ਕਈਆਂ ਲਈ ਪਰਿਵਾਰ ਹੀ ਵੱਡੀ ਮੁਸੀਬਤ ਬਣ ਜਾਂਦਾ ਹੈ ਲੇਕਿਨ ਤੁਹਾਡੀ ਫੈਮਿਲੀ ਬਹੁਤ ਜ਼ਿਆਦਾ ਸਪੋਰਟਿਵ ਹੈ ਤੁਸੀਂ ਹਮੇਸ਼ਾ ਉਸਦੇ ਬਾਰੇ ਗੱਲ ਕਰਦੇ ਹੋ ਸੋ ਮੈਂ ਇਸ ਦੇ ਬਾਰੇ ਕਹਿਣਾ ਚਾਹੂੰਗੀ ਤੁਸੀਂ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਕਿ ਇੱਕ ਤਰਫੋਂ ਤੁਹਾਡੇ ਕੋਲ ਇੱਕ ਅਜਿਹਾ ਸਾਥ ਹੈ ਜਿਹੜਾ ਤੁਹਾਨੂੰ ਅੱਗੇ ਵਧਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਬਿਲਕੁਲ ਮੈਨੂੰ ਲੱਗਦਾ ਆਪਾਂ ਪਰਿਵਾਰ ਤੋਂ ਬਿਨਾਂ ਤਾਂ ਕੋਈ ਵੀ ਇਨਸਾਨ ਕੁਛ ਨਹੀਂ ਕਰ ਸਕਦਾ ਅਤੇ ਮੈਂ ਕੋਈ ਵੀ ਡਿਸੀਜਨ ਆਪਣੀ ਫੈਮਿਲੀ ਤੋਂ ਬਿਨਾਂ ਨਹੀਂ ਲੈ ਸਕਦੀ ਚਾਹੇ ਉਹ ਮੈਰਿਜ ਦਾ ਵੀ ਹੋਵੇ ਕੱਲ੍ਹ ਨੂੰ ਕੋਈ ਵੀ ਡਿਸੀਜਨ ਮੈਨੂੰ ਲੱਗਦਾ ਮੇਰੀ ਫੈਮਿਲੀ ਨੂੰ ਜਦੋਂ ਤੱਕ ਚੀਜ਼ ਨਹੀਂ ਪਤਾ ਹੋਊਗੀ ਮੈਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ ਮੈਨੂੰ ਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਜਾ ਕੇ ਦੱਸਾਂ ਸੋ ਮੈਡਲ ਫਿਲਮ ਤੁਹਾਡੀ ਆ ਰਹੀ ਹੈ ਜੇ ਰੰਧਾਵਾ ਤੇ ਪਹਿਲੇ ਵੀ ਕੰਮ ਕਰ ਚੁੱਕੇ ਆ ਉਹਨਾਂ ਦੇ ਕੰਮ ਨੂੰ ਲੈ ਕੇ ਉਹਨਾਂ ਦੇ ਫੈਨਸ ਅਲੱਗ ਤਰ੍ਹਾਂ ਦੀ ਐਕਸਪੈਕਟੇਸ਼ਨਸ ਕਰਦੇ ਆ ਲੇਕਿਨ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਤੁਸੀਂ ਇਸ ਜਰਨੀ ਨੂੰ ਫਿਲਮ ਰਿਲੀਜ਼ ਹੋਣ ਤੋਂ ਲੈ ਕੇ ਹੁਣ ਤੱਕ ਕਿਵੇਂ ਦੇਖ ਰਹੇ ਹੋ ਔਰ ਕਿੰਨੇ ਐਕਸਾਈਟਡ ਹੋ ਖੁਦ ਨੂੰ ਪਰਦੇ ਤੇ ਦੇਖਣ ਲਈ ਜਦੋਂ ਹੁਣ ਤੱਕ ਗਾਣੇ ਤਾਂ ਸਾਰਿਆਂ ਨੇ ਦੇਖਿਆ ਜਦੋਂ ਕੋਈ ਵੀ ਇਨਸਾਨ ਕੋਈ ਨਵਾਂ ਕੰਮ ਕਰਦਾ ਚਾਹੇ ਤੁਸੀਂ ਵੀ ਕਿਤੋਂ ਸਟਾਰਟਿੰਗ ਕੀਤੀ ਹੋਗੀ ਹੁੰਦਾ ਹੈ ਨਾ ਕਿਉਰਿਓਸਿਟੀ ਹੁੰਦੀ ਹੈ ਚਾਹ ਹੁੰਦਾ ਆ ਕਿ ਮੈਂ ਆਪਦੀਆਂ ਇਨਪੁੱਟਸ ਦਿੱਤੀਆਂ ਆ ਹੁਣ ਸਭ ਤੋਂ ਛੱਡਿਆ ਕਿ ਮੈਨੂੰ ਆਊਟਪੁੱਟ ਕੀ ਮਿਲੂਗੀ ਵੀ ਮੈਂ ਆਪਣੇ ਵੱਲੋਂ 110% ਦੇ ਦਿੱਤਾ ਆ ਸੇਮ ਮੈਨੂੰ ਵੀ ਉੱਦਾਂ ਐਕਸਾਈਟਮੈਂਟ ਆ
अगर मैं गल करा जिस तरह मैं पहले कहा तुसी बेबाक होके बोलदे हो जिहड़ी चीज हर किसी नूं इंस्पायर करदी है, बहुत सारियां अजिहियां कुड़ियां जिहड़ियां कुछ करन बारे सोचदियां लेकिन वो बाद दे विच इह वी सोचण लग जांदियां कि सानूं शायद मंजूरी नहीं मिलेगी, लेकिन जदों तुहानूं सुणदे आ या तुहाडे वर्गे कुछ होर चेहरे भी है जिहड़े गल करदे आ तां इह जो इंस्पिरेशन किसी लई बन जाणा है, जदों तुसी कदी थोड़ा जिहा लो फील करदे हो तां बानी अपने आप नूं दुबारा चार्ज किवें करदे आ? मैं मैनीफेस्टेशन च बहुत बिलीव करदी हाँ, यूनीवर्स च बहुत बिलीव करती हाँ। जो मैं लगता मैं लो फील कर रही हाँ तो मैं साउंड ही उदा ला लें म्यूजिक जो हूँ कि मेरे आले दुआले पॉजिटिविटी आए, मेरा ऑरा जोड़ा पॉजिटिव हो गए तो मैं कुछ नहीं करती, मैं रसोई च वड़ती हाँ, कुछ ना कुछ बनाई हाँ, कुक करती हाँ, फिर उस तो बाद मेरे रूम के बाहर बालकनी हाँ, उत्तर बहनी हाँ, कॉफ़ी लैनी हाँ, खानी हाँ, पीनी हाँ, म्यूजिक लाइनी हाँ, आम डन। आई थिंक ये बेस्ट चीज़ होंगी है, मतलब मैं आपदे अपना टाइम स्पेंड करना ज़्यादा पसंद करती हूँ। दिल कर रहा है बहुत कुछ पूछा नू, लेकिन बहुत सारे होर भी है जो थोड़े नाल गल करना चाहते हैं। बेस्ट बेस्ट विशेस डेब्यू ली, उम्मीद है कि जिनी बेबाकी नाल तुसी हुण तक विचरे हो अगे भी विचरोंगे ताकि असी थानू सुनते रहिए। थैंक यू।